ਤੇ ਜਿੱਥੋਂ ਚਿੱਟਾ ਲੈਂਦੇ ਆ ਫਾਰਵਰਡ ਬੈਕਵਰਡ ਲਿੰਕੇਜਸ ਕੱਢ ਕੇ ਅਸੀਂ ਸਾਰਾ ਇਹਦਾ ਜਿਹੜਾ ਹੈਗਾ ਰਿਕਾਰਡ ਸੈਟ ਕਰਦੇ ਹਾਂ। ਮੈਂ ਲੁਧਿਆਣੇ ਨੂੰ ਸਿਰਫ ਟਾਰਗੇਟ ਕਰਦੇ ਸੀ, ਲੁਧਿਆਣੇ ਤੋਂ ਬਾਹਰ ਵੀ ਕੋਈ ਟਾਰਗੇਟ ਨਹੀਂ? ਬਿਲਕੁਲ ਜਿਹੜਾ ਹੈਗਾ ਏਰੀਆ ਸਲਿਮ ਟਾਵਰੀ ਦਾ ਤੇ ਜੋਧੇਵਾਲ ਏਰੀਆ ਜਿਹੜਾ ਇਧਰਲਾ ਨਾਰਥ ਸਬ ਡਿਵੀਜ਼ਨ ਦਾ ਨਾ, ਇਹਨੇ ਜੋ ਵਾਰਦਾਤਾਂ ਕੀਤੀਆਂ ਨੇ ਇਸੇ ਏਰੀਆ ਦੇ ਵਿੱਚ ਕੀਤੀਆਂ। ਭਾਦਰਕੇ ਰੋਡ ਤੇ ਡਾਕਟਰ ਕੋਲ ਲੁੱਟ ਕੀਤੀ ਸੀ ਤੇ ਇਹਨਾਂ ਨੇ ਕੀਤੀ ਸੀ ਕਿ ਸਾਰੀ ਰਕਮ ਬਰਾਮਦ ਹੋ ਗਈ ਉਹਨਾਂ ਕਿੰਨੇ ਉਹਦੇ ਤੇ ਕਰ ਰਹੇ ਆ ਕੁਝ, ਇਹਨਾਂ ਨੇ ਜਿਹੜਾ ਹੈਗਾ ਉਹਨੂੰ ਇੱਕਦਮ ਵੇਚ ਕੇ ਆਪਦਾ ਚਿੱਟਾ ਲਿਆ। ਉਹਦੇ ਤੇ ਵੀ ਅਸੀਂ ਵਰਕ ਆਊਟ ਕਰ ਰਹੇ ਆ ਵੀ ਕਿੱਥੋਂ ਇਹਦੀਆਂ ਫਾਰਵਰਡ ਤੇ ਬੈਕਵਰਡ ਲਿੰਕੇਜਸ ਕਿਵੇਂ ਜੋੜਦੇ ਤੇ ਕਿਹੜੇ ਕਿਹੜੇ ਬੰਦੇ ਇਹਦੇ ਚ ਹੋਰ ਸ਼ਾਮਲ ਨੇ, ਉਹਨਾਂ ਨੂੰ ਵੀ ਅਸੀਂ ਜਿਹੜਾ ਇਸ ਕੇਸ ਦਾ ਹਿੱਸਾ ਬਣਾਉਣਾ। ਬਹੁਤ ਅੱਲਾ ਦਾ ਕਿ ਹੋਰ ਵੀ ਆਰੋਪੀ ਜਿਹੜੇ ਸਾਹਮਣੇ ਆ ਸਕਦੇ ਨੇ। ਹਾਂਜੀ ਬਿਲਕੁਲ, ਹੋਰ ਵੀ ਇਹਨਾਂ ਦੇ ਜਿਹੜੇ ਹੈਗੇ ਨੇ ਕੁਝ ਰੂਪੀ ਸਾਹਮਣੇ ਆ ਸਕਦੇ ਆ। ਕਿੰਨੇ ਮਾਮਲੇ ਦਰਜ ਹੋਣ ਤੱਕ ਇਹਨਾਂ ਦੇ ਪਿਛਲੇ ਅਰਲੇ? ਤਕਰੀਬਨ ਇਹਨਾਂ ਦੇ ਉੱਤੇ 4 ਮਾਮਲੇ ਦਰਜ ਨੇ ਬਟ ਬਾਕੀ ਜਿਹੜੀਆਂ ਨੇ ਅਨਰਿਪੋਰਟਡ ਨੇ। ਤੇ ਵੈਸੇ ਕੰਮ ਕੀ ਕਰਦੇ ਨੇ ਕੁਝ, ਇਹ ਕੁਝ ਵੈਸੇ ਬੈਕਗ੍ਰਾਉਂਡ ਕੀ ਹੈ? ਪਹਿਲਾਂ ਇਹਦੇ ਚੋਂ ਇੱਕ ਜਿਹੜਾ ਹੈਗਾ ਅਤੂ ਇਹਦਾ ਕੱਪੜੇ ਦਾ ਕਾਰੋਬਾਰ ਸੀਗਾ ਬਟ ਅੱਜ ਕੱਲ ਫਿਲਹਾਲ ਇਹ ਕੁਝ ਨਹੀਂ ਕਰ ਰਹੇ। ਠੀਕ ਹੈ। ਮਾਨਯੋਗ ਕਮਿਸ਼ਨਰ ਪੁਲਿਸ ਲੁਧਿਆਣਾ ਸ਼੍ਰੀ ਕੁਲਦੀਪ ਚਾਹਲ IPS ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਚੱਲਦੇ ਹੋਏ ਨਾਰਥ ਸਬ ਡਿਵੀਜ਼ਨ ਜ਼ੋਨ 1 ਦੇ ਵਿੱਚ ਇੱਕ ਸਾਡੀ ਟੀਮ ਨੇ ਭਾਰੀ ਕਾਮਯਾਬੀ ਹਾਸਲ ਕੀਤੀ ਹੈ। ਬੀਤੇ ਦਿਨੀ ਜੋਧੇਵਾਲ ਥਾਣੇ ਦੇ ਏਰੀਆ ਦੇ ਵਿੱਚ ਡਾਕਟਰ ਕੋਲੋਂ ਕਿਰਚ ਦਿਖਾ ਕੇ ₹25,000 ਖੋਇਆ ਗਿਆ ਸੀ ਤੇ ਉਹਦੇ ਦੋਨੋਂ ਆਰੋਪੀ ਜਿਹੜੇ ਸਾਡੀਆਂ ਟੀਮਾਂ ਵੱਲੋਂ ਗ੍ਰਿਫਤਾਰ ਕੀਤੇ ਗਏ ਨੇ, ਇਹਨਾਂ ਦੇ ਨਾਲ ਸਲਿਮ ਟਾਵਰੀ ਦੇ ਇਲਾਕੇ ਬਹਾਦਰਕੇ ਰੋਡ ਤੇ ਲੁੱਟਾਂ ਖੋਹਾਂ ਕਰਨ ਦੇ ਆਦੀ ਨੇ। ਤਕਰੀਬਨ 18 ਵਾਰਦਾਤਾਂ ਨੂੰ ਇਹ ਅੰਜਾਮ ਦੇ ਚੁੱਕੇ ਆ ਜਿਹਦੇ ਸਾਡੀਆਂ ਸਪੈਸ਼ਲ ਟੀਮਾਂ ਲੱਗੀਆਂ ਹੋਈਆਂ ਸੀ ਹਿਊਮਨ ਇੰਟੈਲੀਜੈਂਸ ਦੇ ਬੇਸ ਤੇ। ਸਲਿਮ ਟਾਵਰੀ SHO ਇਜ਼ ਹੇਅਰ, ਨਾਲ SHO ਸਾਡੇ ਜੋਧੇਵਾਲ ਨੇ, ACP ਨੌਰਥ ਹੈ ਅਤੇ ਇਹਨੂੰ ਅਸੀਂ ਕਲੋਜ਼ਲੀ ਮੋਨੀਟਰ ਕਰ ਰਹੇ ਸੀ। ਦੋਨੋਂ ਆਰੋਪੀਆਂ ਨੂੰ ਅਸੀਂ ਗ੍ਰਿਫਤਾਰ ਕਰ ਲਿਆ, ਮਨਪ੍ਰੀਤ ਸਿੰਘ ਇਲੀਅਸ ਅੱਤੂ ਔਰ ਦੂਸਰਾ ਹੈ ਰਜਿੰਦਰ ਸਿੰਘ ਇਲੀਅਸ ਰਾਜੂ। ਇਹਨਾਂ 'ਤੇ ਜਿਹੜਾ ਪਿਛੋਕੜ, ਅਪਰਾਧਕ ਪਿਛੋਕੜ ਵੀ ਇਹਨਾਂ ਦਾ ਹੈ, 2016 ਅਤੇ 17 ਦੇ ਵਿੱਚ ਇਹਨਾਂ ਦੇ ਉੱਤੇ 379B ਅਤੇ 382 ਦੀਆਂ ਜਿਹੜੀਆਂ ਵਾਰਦਾਤਾਂ ਦਰਜ ਹੋਈਆਂ ਨੇ। ਵਿੱਚ ਦੀ ਇਹਨਾਂ ਨੇ ਸੁਧਾਰ ਕਰ ਲਿਆ ਸੀ ਮੁੰਡਿਆਂ ਨੇ ਬਟ ਉਹ ਦੁਬਾਰਾ ਫਿਰ ਮਾੜੀ ਸੰਗਤ ਅਤੇ ਚਿੱਟੇ ਦੇ ਆਦੀ ਹੋਣ ਕਰਕੇ ਇਹ ਦੁਬਾਰਾ ਇਹਨਾਂ ਨੂੰ ਵਾਰਦਾਤਾਂ ਨੂੰ ਅਤੇ ਜਿਹੜੇ ਆਪਣੇ ਲੇਬਰ ਤਬਕੇ ਦੇ ਲੋਕ ਨੇ, ਮਜ਼ਦੂਰ ਲੋਕ ਨੇ ਇਸ ਇਲਾਕੇ ਦੇ ਵਿੱਚ, ਉਹਨਾਂ ਨੂੰ ਟਾਰਗੇਟ ਕਰਨਾ ਸ਼ੁਰੂ ਕਰ ਦਿੱਤਾ ਸੀ। ਇੱਕ ਮਹੀਨੇ ਦੇ ਵਿੱਚ ਇਹਨਾਂ ਵੱਲੋਂ 16-17 ਵਾਰਦਾਤਾਂ ਜਿਹੜੀਆਂ ਮੋਬਾਈਲ ਖੋਹ ਦੀਆਂ ਉਹਨਾਂ ਨੂੰ ਵੀ ਅੰਜਾਮ ਦਿੱਤਾ ਗਿਆ ਅਤੇ ਸਾਰੀਆਂ ਅਸੀਂ ਟਰੇਸ ਕਰ ਲਈਆਂ, 11 ਮੋਬਾਈਲ ਰਿਕਵਰ ਕੀਤੇ ਹੋਏ ਨੇ ਸਾਡੀ ਟੀਮ ਵੱਲੋਂ ਔਰ ਇਹਦੀ ਹੋਰ ਵੀ ਡੂੰਘਾਈ ਨਾਲ ਜਾਂਚ ਪੜਤਾਲ ਕਰਦੇ ਹੋਏ ਅਤੇ ਇਹਨੂੰ ਪੂਰਾ ਕਲੀਅਰਲੀ ਦੇਖਦੇ ਹਾਂ ਵੀ ਜੇ ਕੋਈ ਹੋਰ ਵਾਰਦਾਤਾਂ ਨੇ ਤਾਂ ਜਿੱਥੋਂ ਚਿੱਟਾ ਲੈਂਦੇ ਆ ਫਾਰਵਰਡ ਬੈਕਵਰਡ ਲਿੰਕੇਜਸ ਕੱਢ ਕੇ ਅਸੀਂ ਸਾਰਾ ਇਹਦਾ ਜਿਹੜਾ ਹੈਗਾ ਰਿਕਾਰਡ ਸੈਟ ਕਰਦੇ। ਲੁਧਿਆਣੇ ਨੂੰ ਸਿਰਫ ਟਾਰਗੇਟ ਕਰਦੇ ਸੀ, ਲੁਧਿਆਣੇ ਤੋਂ ਬਾਹਰ ਵੀ ਕੋਈ ਟਾਰਗੇਟ ਨਹੀਂ? ਬਿਲਕੁਲ, ਜਿਹੜਾ ਹੈਗਾ ਏਰੀਆ ਸਲਿਮ ਟਾਵਰੀ ਦਾ ਅਤੇ ਜੋਧੇਵਾਲ ਏਰੀਆ ਜਿਹੜਾ ਇਧਰਲਾ ਨਾਰਥ ਸਬ ਡਿਵੀਜ਼ਨ ਦਾ ਨਾ, ਇਹਨੇ ਜੋ ਵਾਰਦਾਤਾਂ ਕੀਤੀਆਂ ਨੇ ਇਸੇ ਏਰੀਆ ਦੇ ਵਿੱਚ ਕੀਤੀਆਂ। ਭਾਦਰਕੇ ਰੋਡ ਤੇ ਡਾਕਟਰ ਕੋਲ ਲੁੱਟ ਕੀਤੀ ਸੀ ਤੇ ਇਹਨਾਂ ਨੇ ਕੀਤੀ ਸੀ ਕਿ ਸਾਰੀ ਰਕਮ ਬਰਾਮਦ ਹੋ ਗਈ ਉਹਨਾਂ ਕਿੰਨੇ? ਉਹਦੇ ਤੇ ਕਰ ਰਹੇ ਆ ਕੁਝ, ਇਹਨਾਂ ਨੇ ਜਿਹੜਾ ਹੈਗਾ ਉਹਨੂੰ ਇੱਕਦਮ ਵੇਚ ਕੇ ਆਪਦਾ ਚਿੱਟਾ ਲਿਆ। ਉਹਦੇ ਤੇ ਵੀ ਅਸੀਂ ਵਰਕਆਊਟ ਕਰ ਰਹੇ ਹਾਂ ਵੀ ਕਿੱਥੋਂ ਇਹਦੀਆਂ ਫਾਰਵਰਡ ਅਤੇ ਬੈਕਵਰਡ ਲਿੰਕੇਜਸ ਕਿਵੇਂ ਜੋੜਦੇ ਅਤੇ ਕਿਹੜੇ ਕਿਹੜੇ ਬੰਦੇ ਇਹਦੇ ਚ ਹੋਰ ਸ਼ਾਮਲ ਨੇ, ਉਹਨਾਂ ਨੂੰ ਵੀ ਅਸੀਂ ਜਿਹੜਾ ਇਸ ਕੇਸ ਦਾ ਹਿੱਸਾ ਬਣਾਉਣਾ। ਬਹੁਤ ਅੱਲਾ ਦਾ ਕਿ ਹੋਰ ਵੀ ਆਰੋਪੀ ਜਿਹੜੇ ਸਾਹਮਣੇ ਆ ਸਕਦੇ ਨੇ। ਹਾਂਜੀ ਬਿਲਕੁਲ, ਹੋਰ ਵੀ ਇਹਨਾਂ ਦੇ ਜਿਹੜੇ ਹੈਗੇ ਨੇ ਕੁਝ ਰੂਪੀ ਸਾਹਮਣੇ ਆ ਸਕਦੇ ਆ। ਕਿੰਨੇ ਮਾਮਲੇ ਦਰਜ ਹੋਣ ਤੱਕ ਇਹਨਾਂ ਦੇ ਪਿਛਲੇ ਅਰਲੇ? ਤਕਰੀਬਨ ਇਹਨਾਂ ਦੇ ਉੱਤੇ 4 ਮਾਮਲੇ ਦਰਜ ਨੇ ਬਟ ਬਾਕੀ ਜਿਹੜੀਆਂ ਨੇ ਅਨਰਿਪੋਰਟਡ ਨੇ। ਤੇ ਵੈਸੇ ਕੰਮ ਕੀ ਕਰਦੇ ਨੇ ਕੁਝ, ਇਹ ਕੁਝ ਵੈਸੇ ਬੈਕਗ੍ਰਾਉਂਡ ਕੀ ਹੈ? ਪਹਿਲਾਂ ਇਹਦੇ ਚੋਂ ਇੱਕ ਜਿਹੜਾ ਹੈਗਾ ਅਤੂ ਇਹਦਾ ਕੱਪੜੇ ਦਾ ਕਾਰੋਬਾਰ ਸੀਗਾ ਬਟ ਅੱਜ ਕੱਲ ਫਿਲਹਾਲ ਇਹ ਕੁਝ ਨਹੀਂ ਕਰ ਰਹੇ।